आज तो पंजाब के 11 जिले के टोल प्लाजे हुए फ्री। 18 टोल प्लाजे उत्ते किसानों का पक्का मोर्चा। पंजाब के सारे डीसी दफ्तर के बाहर पिछले 19 दिनों तो धरना लगा के बैठी किसान मजदूर संघर्ष कमेटी ने केंद्र और सूबा सरकार के खिलाफ अपने अंदोलन होर तेज कर दिता है। किसान अपनी तय रणनीति अनुसार सूबे के 11 जिले के 18 टोल प्लाजे उत्ते रोस प्रदर्शन कर रहे हैं। जानकारी मुताबिक दस दिए कि किसान अपने धरना प्रदर्शन के दौरान टोल प्लाजे तो लंघन वाले किसी भी गड्डी की फीस नहीं कटन देंगे। किसान मजदूर संघर्ष कमेटी के अधिकारियों का कहना है कि आज तो 11 जिले के टोल प्लाजे बंद कर दिए गए हैं ते यह टोल प्लाजा बंद रखने का प्रोग्राम पूरा एक महीना तक चलेगा। इस सारे मामले उत्ते किसान मजदूर संघर्ष कमेटी दे जनरल सकत्तर सरवन सिंह पंदेर दा की कुछ कहना है, आओ तुसी भी सुन लो। चढ़दी कला टाइम टीवी देख रहे सारे नूं प्यार भरी सत श्री अकाल। साडे विच मौजूद ने किसान आगू सरवन सिंह पंदेर जी। पंदेर साहब, की मामला की जिहड़ा अज टोल प्लाजा बंद कीते ने, मंगा की ने तुहाडियां? हाँ, टोल प्लाजे असीं फ्री कीते ने, बंद कुछ भी नहीं कीता हैगा। रोड बिल्कुल फ्री हैगे, टोल प्लाजे फ्री कर दित्ते गए आ। ठीक है, पंजाब दे लोकां लई उहनां नूं राहत दित्ती गई। जी, किस तरह राह दी गई सर? की मंगा की किसान दे, कोई मंगा सी किस नूं लैके जिहड़ा फ्री कीते कहिंदे हो? देखो, लगभग सानू 20 दिन हो गए अज डीसी दफ्तरां ते साडा मोर्चा चल रहा। इहदे विच असीं मंत्रियां दे घरां दे घराओ भी कीते आ, होर प्रोग्राम भी कीते आ। सरकार कर जिहड़ियां मंगा रखियां सी वी किसान नूं फसलां दा भाअ लाहेमंद मिलना चाहीदा जी। ठीक है जी, जिन्ना चिर किसान नूं फसल दा लाहेमंद भाव नहीं मिलता, मैनू नहीं लगता पंजाब दा अर्थचारा वा जिहड़ा सरवाइव होऊगा जी। पर पिछले 75 सालां तो कदी भी सानू जिहड़े साडे लागत खर्चे ने उह भी पूरे नहीं होए जी। जिवें डीजल आ, खादां दे खर्चे हैगे आ, इहदों गां दवाइयां हैगियां वा, खेती मशीनरी आ, बीज आ, लागतां बहुत ने जी। ਤੇ ਸਰਕਾਰ ਦੇ ਆਪਦੇ ਅਦਾਰੇ ਜਿਹੜੇ ਨੇ ਵੱਡੇ ਬੁੱਧੀਜੀਵੀ ਕਹਿੰਦੇ ਨੇ ਵੀ ਕਿਸਾਨ ਤਾਂ ਮਾਰਿਆ ਜਾਣਾ ਜੀ। ਤਾਂ ਇਸ ਤੋਂ ਕੇਂਦਰ ਸਰਕਾਰ ਵੀ ਭੱਜ ਗਈ ਆ ਤੇ ਪੰਜਾਬ ਸਰਕਾਰ ਵੀ। MSP ਗਰੰਟੀ ਕਾਨੂੰਨ ਦਾ ਦੋਵਾਂ ਸਰਕਾਰਾਂ ਨੇ ਵਾਅਦਾ ਕੀਤਾ, ਦੋਵੇਂ ਸਰਕਾਰਾਂ ਭੱਜ ਨਿਕਲੀਆਂ ਅੱਜ। ਸੋ ਇੱਕ ਮੇਨ ਮੁੱਦਾ ਇਹ ਸੀਗਾ। ਹੁਣ ਜਦੋਂ ਸਾਡੇ ਸਿਰ ਕਰਜ਼ਾ ਚੜਿਆ ਵਾ, ਕਰਜ਼ੇ ਕਰਕੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਿਹਾ ਪੰਜਾਬ ਦੇ ਵਿੱਚ, ਤੇ ਹੁਣ ਅਸੀਂ ਕਹਿੰਦੇ ਸਾਡਾ ਕਰਜ਼ ਮਾਫ਼ ਕਰ ਦਿਓ। ਹੁਣ ਪੰਜਾਬ ਵਾਲੀ ਸਰਕਾਰ ਕਹਿੰਦੀ ਆ ਵੀ ਕੇਂਦਰ ਕੋ ਕਰਾ ਕੇ ਦਾਂਗੇ, ਤੇ ਮੋਦੀ ਸਰਕਾਰ ਤੇ ਪਹਿਲੋ ਪੰਜਾਬੀਆਂ ਦੀ ਦੁਸ਼ਮਣ ਆ, ਉਹ ਕਿੱਥੋਂ ਸਾਡੇ ਕਰਜ਼ੇ ਮਾਫ਼ ਕਰਨਗੇ ਜੀ। ਬਿਲਕੁਲ ਠੀਕ ਹੈ ਜੀ ਜੀ। ਸੈਕੰਡਲੀ ਹੈਗਾ ਵੀ ਅਸਲ ਦੂਜਾ ਮੁੱਦਾ ਸਮਾਜਿਕ ਹੈ ਵੀ ਸਾਡਾ ਨੌਜਵਾਨ 3-4 ਰੋਜ਼ ਨਸ਼ਿਆਂ ਦੀ ਭੇਟ ਚੜ ਜਾਂਦੇ ਆ ਜੀ। ਬਿਲਕੁਲ, ਇਹ ਨਸ਼ੇ ਕਿਉਂ ਆ? ਰੁਜ਼ਗਾਰ ਨਹੀਂ ਹੈਗਾ, ਰੁਜ਼ਗਾਰ ਨਾ ਹੋਣ ਕਰਕੇ ਸਾਡੇ ਬੰਦੇ ਕ੍ਰਾਈਮ 'ਚ ਜਾ ਰਹੇ ਆ, ਵਿਦੇਸ਼ਾਂ ਨੂੰ ਜਾ ਰਹੇ ਆ, ਗੈਂਗਸਟਰ ਬਣ ਰਹੇ ਆ ਤੇ ਨਸ਼ਿਆਂ 'ਚ ਆ ਰਹੇ ਆ। ਹੁਣ ਰੁਜ਼ਗਾਰ ਤੇ ਨਸ਼ਿਆਂ ਦੀ ਬੰਦੀ ਤੇ ਕਿਹੜਾ ਵੀ ਰੁਜ਼ਗਾਰ ਤੇ ਪੈਸੇ ਲੱਗੇ, ਨਸ਼ੇ ਤੇ ਕਿਹੜੇ ਪੈਸੇ ਲੱਗ ਰਹੇ ਆ? ਸਰਕਾਰ ਨਸ਼ਿਆਂ ਵਾਲੀ ਗੱਲ ਤੋਂ ਵੀ ਭੱਜ ਗਈ, ਜਿਹੜੀ ਸਾਨੂੰ ਪ੍ਰੋਸੀਡਿੰਗ ਆਈ, ਉਹ ਕਹਿੰਦੇ 5 ਸਾਲਾਂ 'ਚ ਨਸ਼ੇ ਬੰਦ ਕਰਾਵਾਂਗੇ ਜੀ। ਬਿਲਕੁਲ, ਆਹ ਕਹਿ ਰਹੇ ਆ ਜੀ। ਬਿਲਕੁਲ ਪੰਦੇਰ ਸਾਹਿਬ, ਸਰਕਾਰ ਜਦੋਂ ਸੱਤਾ ਦੇ ਵਿੱਚ ਆਈ ਸੀ ਤਾਂ ਵਾਅਦੇ ਬੜੇ ਕੀਤੇ ਗਏ ਸੀ ਵੀ ਜਿਹੜਾ ਕਿਸਾਨਾਂ ਨੂੰ ਵੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਵੇਗੀ, ਕਿਸਾਨਾਂ ਨੂੰ ਧਰਨੇ ਨਹੀਂ ਲਾਣੇ ਪੈਣਗੇ, ਵੀ ਜਿਹੜਾ ਹਰਾ ਪੈਨਾ ਉਹ ਲਗਾਤਾਰ ਚੱਲੂਗਾ। ਕੀ ਤੁਹਾਨੂੰ ਲੱਗਦਾ ਵੀ ਜਿਹੜਾ ਹਰਾ ਪੈਨਾ ਉਹ ਹੁਣ ਚੱਲ ਰਿਹਾ ਸਰਕਾਰ ਦਾ? ਦੇਖੋ, ਹਰਾ ਪਿੰਡ ਚੱਲ ਜ਼ਰੂਰ ਰਿਹਾ, ਪਰ ਚੱਲ ਕਾਰਪੋਰੇਟ ਦੇ ਪੱਖ 'ਚ ਰਿਹਾ। ਨਿੱਜੀ ਪਾਰਟੀ ਨੂੰ ਪੂਰੇ ਦੇਸ਼ ਵਿੱਚ ਸੱਤਾ 'ਚ ਕਿਵੇਂ ਲਿਆਉਣਾ ਵਾ, ਠੀਕ ਹੈ, ਲਕਸ਼ਣਾਂ ਕਿੱਦਾਂ ਜਿਹੜੀਆਂ, ਹਰਿਆ ਪਿੰਡ ਉੱਧਰ ਚੱਲ ਰਿਹਾ, ਉਹ G20 ਨੂੰ ਪੰਜਾਬ ਵਿੱਚ ਸੱਦ ਕੇ ਕਾਰਪੋਰੇਟ ਪੱਖੀ ਨੀਤੀ ਬਣਾ ਕੇ ਹਰਿਆ ਪਿੰਡ ਚਲਾ ਰਿਹਾ। ਕਿਸਾਨਾਂ, ਮਜ਼ਦੂਰਾਂ, ਆਮ ਜਨਤਾ ਦੇ ਹੱਕ 'ਚ ਕੋਈ ਹਰਿਆ ਪਿੰਡ ਨਹੀਂ ਚੱਲ ਰਿਹਾ ਹੈ ਜੀ। ਬਿਲਕੁਲ ਪ੍ਰਦੇਸ਼ ਸਾਹਿਬ, ਕਿੰਨਾ ਕੁ ਸਮਾਂ ਜਿਹੜਾ ਤੁਸੀਂ ਜਿਹੜਾ ਇਹ ਟੋਲ ਪਲਾਜ਼ਾ ਜਿਹੜਾ ਬੰਦ ਰੱਖੋਗੇ, ਤੇ ਕੋਈ ਕਿਸਾਨ ਜਥੇਬੰਦੀਆਂ ਵੀ ਤੁਹਾਡੇ ਨਾਲ ਕੋਈ ਸਾਥ ਦੇ ਰਹੀਆਂ ਨੇ ਹੋਰ? ਹਾਂ, ਬਹੁਤ ਸਾਰੀਆਂ ਟਰਾਂਸਪੋਰਟ ਜਥੇਬੰਦੀਆਂ ਨੇ ਸਾਡਾ ਸਮਰਥਨ ਕੀਤਾ ਵਾ, ਬਹੁਤ ਸਾਰੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਟੋਲ ਪਲਾਜ਼ੇ ਬੰਦ ਕਰਨ ਦੀ ਮੰਗ ਆਈ ਆ, ਸਮਰਥਨ ਤਾਂ ਹੈਗਾ। ਦੂਸਰਾ ਹੈਗਾ ਵੀ 1 ਮਹੀਨੇ ਲਈ ਇਹ ਟੋਲ ਫ੍ਰੀ ਰਹਿਣਗੇ ਜੀ। ਠੀਕ ਹੈ ਜੀ, ਇਹ ਤੋਂ ਗਾਂ ਜਿਹੜੇ ਵੀ ਮੁਲਾਜ਼ਮ ਟੋਲਾਂ ਤੇ ਕੰਮ ਕਰਦੇ ਉਹਨਾਂ ਨੂੰ 1 ਮਹੀਨੇ ਦੀ ਤਨਖਾਹ ਪਾਉਣ ਦੀ ਗਰੰਟੀ ਕਰਾਂਗੇ ਜੀ। ਦੂਸਰਾ, ਟੋਲਾਂ ਦੇ ਰੇਟ ਨਾ ਵਧਣ ਇਸ ਗੱਲ ਦੀ ਵੀ ਗਰੰਟੀ ਕਰਾਂ ਜੀ। ਪੰਦੇਰ ਸਾਹਿਬ, ਜਿਸ ਤਰ੍ਹਾਂ ਲੱਗਦਾ ਨਾ ਜਿਵੇਂ ਦਿੱਲੀ ਦੇ ਵਿੱਚ ਕਿਸਾਨ ਅੰਦੋਲਨ ਚੱਲਿਆ ਸੀ, ਜਦੋਂ ਸਾਰੇ ਜਥੇਬੰਦੀਆਂ ਨੇ ਜਿਹੜਾ ਸਹਿਯੋਗ ਦਿੱਤਾ ਸੀ, ਪਰ ਇਸ ਦੀ ਗੱਲ ਕੀਤੀ ਜਾਵੇ ਹੁਣ ਇਸ ਵਾਰ ਸਾਰੇ ਜਥੇਬੰਦੀਆਂ ਦਾ ਸਹਿਯੋਗ ਜਿਹੜਾ ਦਿਸਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਜੇਕਰ ਮਾਲਵੇ ਦੀ ਗੱਲ ਕੀਤੀ ਜਾਵੇ, ਮਾਲਵੇ ਦੇ ਜਿਹੜੇ ਟੋਲ ਪਲਾਜ਼ਾ ਨੇ ਉਹ ਕੁਛ ਖੁੱਲੇ ਨੇ। ਹਾਂ, ਪਹਿਲਾ ਪੜਾਵ ਆ, ਪਹਿਲੇ ਪੜਾਅ ਦੇ ਵਿੱਚ 18 ਟੋਲ ਪਲਾਜ਼ੇ 10 ਜ਼ਿਲ੍ਹਿਆਂ ਵਿੱਚ ਅਸੀਂ ਖੁਲਾਏ ਹੈਗੇ ਨੇ ਜੀ। ਠੀਕ ਹੈ ਜੀ, ਬਾਕੀ ਬਹੁਤ ਸਾਰੇ ਥਾਵਾਂ ਤੋਂ ਫੋਨ ਆਏ ਆ, ਤੁਹਾਡੇ ਮਾਧਿਅਮ ਨਾਲ ਕਹਿੰਦੇ ਆ ਜਿਹੜੇ ਜਿਹੜੇ ਟੋਲ ਪਲਾਜ਼ਿਆਂ ਦੇ ਲਾਗੇ ਪਿੰਡ ਆ, ਨੌਜਵਾਨ ਸਾਨੂੰ ਕਾਲ ਕਰਨਗੇ, ਉੱਥੇ ਜਾ ਕੇ ਅਸੀਂ ਉਹ ਟੋਲ ਪਲਾਜ਼ੇ ਫ੍ਰੀ ਕਰਾਂਗੇ, ਉਹ ਦੂਜੇ ਪੜਾਅ ਦੇ ਵਿੱਚ ਅਸੀਂ ਉਹਦੇ ਬਾਰੇ ਫੈਸਲਾ ਕਰਾਂਗੇ। ਠੀਕ ਆ, ਦੂਸਰਾ
देखो अज तुम कितने भी टोल से जाके करो जी राहत दिती पंजाबियों खिड़े मथे प्रवान कर रहे हैं। हाँ समय दियां सरकारां अंदोलन फुट भी पाउंदियां हैगियां, किसान मजदूर दियां बदनामी भी करते हैं। उन्होंने पता भी सब तो वड्डी ताकत ने पंजाब किसान मजदूर, बिल्कुल इन्हों बदनाम कर लिए तो लोग इन्हों के मगरों हट जाए, पर फिर दोबारा अंदोलन खड़ा हो रहा, पंजाबियों का समर्थन मिल रहा, यह सही गल है जी। तुहानू लगता नहीं कितना कितने लोग ने समर्थन दे रहे हैं, क्योंकि पहला जो लोग से समर्थन देने व्यापारी की गल की हर वर्ग जरा किसानों के नाल आया सी, पर इस बार वो जी स्थिति देखने मिल रही, कारण की समझ हो कि किसान दो फड़ हो रहे हैं या किसान इकट्ठे नहीं जथेबंद, इस करके जरा लोग समर्थन नहीं दे रहे, कि समझते हो इस गल? हाँ देखो अगले पड़ा इकट्ठे भी होंगे, क्योंकि अंदोलन एडा वड्डा होया अपन शिखर चू के मुड़िया, अंदोलन के पहले पड़ा ने, तो शुरुआत इना समर्थन जरा वा वह सौखा नहीं होंगे, जिमें जिमें लोगों तक साडा मैसेज थोड़े मीडिया रही पहुंचूगा, लोगों का भरोसा बनूगा, लोगों भगवंत मान से मोदी सरकार से कारपोरेट घराण का चेहरा नंगा होगा, तिवें तिवें साडा समर्थन होर बढ़ूगा आने वाले समय में। जे प्रदेश साहब जे सरकार तुहाडी मंगा नहीं मनती, जिस तरह तुसीं गल कीती है MSP की गल कीती है, अनेकां मंगां की गल कीती है, फिर तुहाडी जथेबंदी वालों जां होर जथेबंदियों वालों कोई कोई वड्डा ऐलान करन दा कोई हैगी गलबात कोई? हाँ देखो ऐलान भी बहुत वड्डा ऐलान है, दूसरा हैगा भी हजे इहनूं वेट वॉच करदे आ कि की लोकां दा रुख रवैया, असीं तो लोक लहर खड़ी करना चाहुंदे आ जी, ठीक है, पंजाबियों नूं पुछणे भी किन्ना चिर सबर नाल बैठे रहिए, तो बाद फिर अगली मीटिंग की समीक्षा करके गह अगले ऐलान जी। बिल्कुल ऐसा लास्ट वाला मेरा लोगों को की अपील करना चाहते हो, जिस तरह लोगों को की मैसेज देना चाहते हो? देखो पंजाब का अर्थचारा जरा वो खेती दे आ, जे किसान मारिया गया थोड़ा ठीक है, फिर पंजाब बचना नहीं है। पंजाब की सरकार ने 16,000 करोड़ रुपये का कर्जा चुक लिया, 3,00,000 करोड़ के कर्जे पहलों डुबी हुई है, किसान साडा कर्जा ही है वा, कारपोरेट घराने पूरे पंजाब की आर्थिकता से कब्जा कर रहे हैं, इतों का देसी सरमाएदार लघु उद्योग खत्म हो रहा है, मजदूर को रुजगार नहीं है, नौजवान थोड़ा विदेशों जा रहा नशिया में लिप्त हैगा, तुम कितों बचाओगे पंजाब नूं? जे पंजाबी हो पंजाब नूं बचाउणा ते संघर्ष करने पैने आ, सरकारां कोले कोई आस नहीं की जा सकती। हाँ जे पंजाबी 3 करोड़ कदे सड़कां ते निकले ते सरकारां नहीं वड्डियां हैगियां, जो असल विच इह पंजाब नूं बचाउण दी लड़ाई आ, पंजाबियों की जंग है। ठीक है, थैंक यू भतेर साहब, बहुत बहुत धन्यवाद जी। जानकारी मुताबिक दस दिए कि किसानों के वलों अज 11 जिले के भी टोल फ्री कर दिए गए हैं, तो टोल प्लाजे उत्ते पक्के मोर्चे लगा ले गए हैं, तो नाल ही किसानों का कहना है कि जब तक उन्हां दियां मंगां पूरियां नहीं होंदियां उन्हां दे वलों रोस प्रदर्शन इसे तरह किए जाएंगे। ब्यूरो रिपोर्ट, चढ़दी कला, टाइम TV।